मौके पे गिनाया गया और लगभग 98 बोरियाँ है गया थी। उन्होंने अगली जी इंक्वायरी बनेगी वो जो कानून अनुसार करके नेक्स्ट रिपोर्ट अपना जो डीसी में पेश करा। ਮਾਨਯੋਗ ਡੀ ਸਾਹਿਬ ਦੇ ਆਦੇਸ਼ਾਂ ਦੇ ਸਨਮੁਖ ਸਾਨੂੰ ਸੂਚਨਾ ਮਿਲੀ ਸੀ ਕਿ ਕੁਸਰਾ ਪਿੰਡ 'ਚ ਕਿਸੇ ਇੱਕ ਗਡਾਊਨ 'ਚ ਕਿਧਰੇ ਵੀਟ ਔਰ ਪੈਡੀ ਦਾ ਕੋਈ ਭੰਡਾਰ ਪਾਇਆ ਗਿਆ। ਉਹਦੇ ਸੰਬੰਧ 'ਚ ਜ਼ਿਲ੍ਹੇ ਦੇ ਮੁੱਖ ਅਫਸਰ ਚੀਫ ਐਗਰੀਕਲਚਰ ਅਫਸਰ ਡੀ ਐਮ ਓ ਸਾਹਿਬ ਨੈਪ ਸੀਲਡਰ ਸਾਹਿਬ ਔਰ ਅਸੀਂ ਇੱਥੇ ਆਏ ਸੀ ਮੌਕੇ 'ਤੇ। ਮੇਰੀ ਕਣਕ ਦਾ ਅਪਰੋਕਸੀਮੇਟਲੀ 19,500 ਦੇ ਕਰੀਬ ਬੋਰੀਆਂ ਪਾਈਆਂ ਗਈਆਂ ਨੇ ਔਰ ਜੋ ਕਿ ਫਿਊਮੀਗੇਟਡ ਹੋਈਆਂ ਹੋਈਆਂ ਔਰ ਸਟੈਕਡ ਕੀਤੀਆਂ ਹੋਈਆਂ ਨੇ। ਇਸ ਸੰਬੰਧੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਕੋਈ ਸੀਡ ਦੇ ਨਾਲ ਰਿਲੇਟਡ ਉਹਨਾਂ ਨੇ ਸਟੋਰ ਕੀਤਾ ਜੋ ਕਿ ਇੱਕ ਮਤਲਬ ਕਿ ਤਫਤੀਸ਼ ਤੋਂ ਬਾਅਦ ਕਲੀਅਰ ਹੋ ਸਕੇਗਾ। ਸੈਕਿੰਡ ਇੱਥੇ ਪੈਡੀ ਜਿਹੜੀ ਆ ਹੁਣ ਤੱਕ ਇੱਥੇ ਦੋ ਫਰਮਾਂ ਨੇ ਨਿੱਕੂ ਸਰਾਂ ਟ੍ਰੇਡਿੰਗ ਕੰਪਨੀ ਐਂਡ ਕੇ ਐਸ ਟ੍ਰੇਡਿੰਗ ਕੰਪਨੀ। ਉਹਨਾਂ ਦੋਵਾਂ ਫਰਮਾਂ 'ਤੇ ਤਕਰੀਬਨ ਪਿਛਲੇ ਦਿਨਾਂ 'ਚ 500 ਫੁੱਲ 10,000 ਬੈਗ ਖਰੀਦ ਕੀਤੀ ਗਈ ਆ ਅਪਰੋਕਸੀਮੇਟਲੀ। ਤਾਂ ਮੌਕੇ 'ਤੇ ਗਿਣਿਆ ਗਿਆ ਲਗਭਗ 98,900 ਬੋਰੀਆਂ ਹੈਗੀਆਂ ਇੱਥੇ ਜੀ ਔਰ ਕੁਛ 1,509 ਪਰਚੇਜ ਹੋਈ ਪਈ ਆ 800-900 ਬੋਰੀ। ਸੋ ਇਹ ਮੁੱਢਲੀ ਜਾਂਚ 'ਤੇ ਇਹੋ ਹੀ ਆ ਜੀ ਅੱਜ ਤੱਕ ਜਿਹੜੀ ਸਟੋਕ ਹੈਗਾ ਇਹਦੇ ਸੰਬੰਧੀ ਅਸੀਂ ਅੱਗੇ ਫਾਰਮਰ ਜਾਂ ਜਿਹੜੇ ਵੀ ਜ਼ਿਮੀਂਦਾਰ ਜਾਂ ਆੜ੍ਹਤੀਆ ਹੈਗਾ ਉਹਨਾਂ 'ਤੇ ਅਗਲੀ ਜਿਹੜੀ ਇਨਕੁਆਇਰੀ ਬਣੇਗੀ ਉਹ ਜੋ ਕਾਨੂੰਨ ਅਨੁਸਾਰ ਕਰਕੇ ਨੈਕਸਟ ਰਿਪੋਰਟ ਆਪਾਂ ਮਾਨਯੋਗ ਡੀ ਸਾਹਿਬ ਨੂੰ ਪੇਸ਼ ਕਰਾਂਗੇ। ਸਰ ਜਿਹੜਾ ਸੀਡ ਫਾਰਮ ਇਹਨੇ ਲੀਗਲ ਕਿ ਲੀਗਲ ਹੈ? ਸੀਡ ਫਾਰਮ ਦਾ ਦੇਖੋ ਜੀ ਇਹਦੇ 'ਤੇ ਆਪਾਂ ਹਾਲ ਦੀ ਘੜੀ ਕਮੈਂਟ ਨਹੀਂ ਕਰ ਪਾਵਾਂਗੇ ਕਿਉਂਕਿ ਉਹਨਾਂ ਵੱਲੋਂ ਸਾਨੂੰ ਲਾਇਸੈਂਸ ਐਂਡ ਆਪਣਾ ਪਲੇਸ ਆਫ ਓਪਰੇਸ਼ਨ ਸ਼ੋ ਕਰਨਾ ਅਜੇ ਉਹਨਾਂ ਨੇ। ਸੋ ਮੌਕੇ 'ਤੇ ਇਹ ਕਹਿਣਾ ਜਲਦਬਾਜ਼ੀ ਹੋਏਗੀ ਜੀ ਇਹ ਸੀਡ ਫਾਰਮ ਹੈਗਾ ਜਾਂ ਨਹੀਂ ਹੈਗਾ ਜੀ। ਸਰ ਇਹਨਾਂ ਵੱਲੋਂ ਕੋਈ ਤੁਹਾਨੂੰ ਡਾਕੂਮੈਂਟਸ ਇਸ ਵੇਲੇ ਪ੍ਰੋਵਾਈਡ ਕਰਵਾਏ? ਹਾਲ ਦੀ ਘੜੀ ਇਹਨਾਂ ਵੱਲੋਂ ਜੋ ਹੈਗਾ ਐਜ਼ ਫਾਰਮਰ ਇਹਨਾਂ ਨੇ ਸਾਨੂੰ ਬਿਆਨ ਦਿੱਤਾ ਕਿ ਉਹਨਾਂ ਦਾ ਇੱਕ ਸੀਡ ਕੰਪਨੀ ਬੈਸਟ ਸੀਡ ਕੰਪਨੀ ਨਾਲ ਉਹਨਾਂ ਦਾ ਐਗਰੀਮੈਂਟ ਹੋਇਆ ਜਿਹਦੇ ਤਹਿਤ ਉਹਨਾਂ ਨੂੰ ਉਹਨਾਂ ਦੇ ਖਾਤੇ ਵਿੱਚ ਲਗਭਗ 50 ਲੱਖ ਰੁਪਏ ਦੇ ਕਰੀਬ ਉਹਨਾਂ ਵੱਲੋਂ ਰਕਮ ਜਿਹੜੀ ਹੈਗੀ ਹੈ ਔਨਲਾਈਨ ਟ੍ਰਾਂਸਫਰ ਕੀਤੀ ਗਈ ਹੈ। ਸੋ ਫਰਦਰ ਜਾਂਚ ਆਪਾਂ ਦੇਖ ਲਾਂਗੇ ਜੀ ਉਹਨਾਂ ਦੇ ਐਗਰੀਮੈਂਟ ਐਂਡ ਜੋ ਉਹਨਾਂ ਦੇ ਆਪਣਾ ਇਹਨਾਂ ਨਾਲ ਐਗਰੀਮੈਂਟ ਹੋਇਆ ਜਾਂ ਉਹਨਾਂ ਨਾਲ ਜੋ ਟ੍ਰਾਂਜੈਕਸ਼ਨਸ ਹੋਈਆਂ ਨੇ ਉਹਨਾਂ ਬਾਰੇ ਜਿਹੜੀ ਹੈ ਕਿ ਇਨਕੁਆਇਰੀਜ਼ ਜੋ ਬਣਦੀਆਂ ਹੋਣਗੀਆਂ ਉਹ ਕਾਰਵਾਈਆਂ ਕਰਕੇ ਰਿਪੋਰਟ ਪੇਸ਼ ਕਰਦੇ ਹੋਏ। ਸਰ ਇਹ ਜਿਹੜੀ ਅਪਰੂਵਡ ਜਿਹੜੀ ਹੈ ਡਿਸਟ੍ਰਿਕਟ ਗੁਰਦਾਸਪੁਰ ਤੋਂ ਕਰਵਾਈ ਹੈ ਜਾਂ ਹੋਰ ਕਿਸੇ ਅਦਰ? ਉਹਨਾਂ ਵੱਲੋਂ ਦੱਸਣ ਅਨੁਸਾਰ ਤੇ ਜੀ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਈ ਹੋਈ ਹੈ ਜਿਹੜੀ ਰਜਿਸਟਰਡ ਹੋਈ ਹੈ ਇਹ ਉੱਥੇ ਵੀ ਹੈਗੀ ਜੀ। ਸਰ ਅਕੋਰਡਿੰਗ ਟੂ ਲਾ ਵੈਸੇ ਇੱਦਾਂ ਹੋ ਸਕਦਾ ਜੀ? ਦੇਖੋ ਜੀ ਮੇਰਾ ਡਿਪਾਰਟਮੈਂਟ ਫੂਡ ਸਪਲਾਈ ਹੈ ਸੋ ਸਾਡੇ ਡਿਪਾਰਟਮੈਂਟ ਦੇ ਨਾਲ ਇਹ ਕੁਐਸਚਨ ਰਿਲੇਟਡ ਨਹੀਂ ਹੈਗਾ। ਚੀਫ ਸਾਹਿਬ ਨਾਲ ਨੇ ਸਾਡੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੀ ਹੈਗੀ ਹੈ ਐਜ਼ ਪਰ ਸੀਡ ਹੁਣ ਤੱਕ ਇਹ ਬੈਗਾਂ 'ਚ ਪ੍ਰੋਪਰ ਇਹਦੀ ਮਾਰਕਿੰਗ ਵਗੈਰਾ ਹੋ ਜਾਣੀ ਚਾਹੀਦੀ ਸੀ ਅਗਰ ਇਹ ਸੀਡਸ ਹੈਗੇ ਸੀ। ਬਟ ਫਿਰ ਵੀ ਆਪਾਂ ਇਹਨੂੰ ਫਿਲਹਾਲ ਦੀ ਕੜੀ ਅਸੀਂ ਇੱਥੇ ਜਿਹੜੇ ਹੈਗੇ ਨੇ ਸਿਕਿਉਰਿਟੀ ਗਾਰਡ ਵਗੈਰਾ ਰੱਖ ਕੇ ਉਸ ਤੋਂ ਬਾਅਦ ਅਗਲੀ ਇਹਦੀ ਫਰਦਰ ਮੂਵਮੈਂਟ ਰੋਕ ਕੇ ਉਸ ਤੋਂ ਪਹਿਲਾਂ ਇਨਕੁਆਇਰੀ ਕਰਾਂਗੇ ਉਸ ਤੋਂ ਬਾਅਦ ਇਹਦੀ ਮੂਵਮੈਂਟ ਸ਼ੁਰੂ ਕਰਵਾਵਾਂਗੇ। ਸਾਨੂੰ ਮੈਸੇਜ ਆਇਆ ਸੀ ਦੇਖਣ ਆਏ ਆ ਰਾਤ ਪਰ ਇਹ ਕਹਿ ਰਿਹਾ ਵੀ ਬੀ ਆ ਜਦੋਂ ਕਿ ਜਿਹੜਾ ਬੀ ਆ ਉਹ ਪਹਿਲੀ ਗੱਲ ਤਾਂ ਸੀਡ ਸਰਟੀਫਿਕੇਸ਼ਨ ਅਥਾਰਟੀ ਦੇ ਅੰਦਰ ਆਉਂਦਾ ਉਹ ਗੋਦਾਮ ਦੇ ਵਿੱਚ ਲੱਗਾ ਹੁੰਦਾ ਉਹਨੂੰ ਅਸੀਂ ਬੀ ਗਿਣਦੇ ਆ ਇਹ ਜਿਹੜਾ ਵਾ ਅਨਆਥੋਰਾਈਜ਼ ਮਾਲ ਆ ਅਸੀਂ ਇਹਨੂੰ ਬੀ ਨਹੀਂ ਗਿਣਦੇ। ਸਰ ਤੁਹਾਡੇ ਵੱਲੋਂ ਫਿਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਇਹ ਸਰ ਇਹ ਤੇ ਸਾਡੇ ਵੱਲੋਂ ਕੋਈ ਇਹ ਆਪਣੇ ਡੀ ਐਫ ਸੀ ਸਾਹਿਬ ਜਾਂ ਡੀ ਐਮ ਓ ਸਾਹਿਬ ਕਾਰਵਾਈ ਕਰਨਗੇ ਸਾਡੀ ਇੱਥੇ ਕੋਈ ਕਾਰਵਾਈ ਨਹੀਂ। ਸਰ ਅੱਜ ਦੇਰ ਰਾਤ ਤੁਹਾਡੇ ਵੱਲੋਂ ਸਾਰੇ ਇੱਥੇ ਛਾਪੇਮਾਰੀ ਆਪਾਂ ਛਾਪੇਮਾਰੀ ਕਹਿੰਦੇ ਛਾਪੇਮਾਰੀ ਕੀਤੀ ਗਈ ਹੈ ਕੀ ਉਸ ਵਿੱਚ ਤੁਹਾਨੂੰ ਕੀ ਇਸ ਵੇਲੇ ਮਿਲਿਆ ਕੀ ਹੈਗਾ? ਦੇਖੋ ਜੇ ਅਸੀਂ ਬੀ ਉਹਨੂੰ ਗਿਣਦੇ ਹਾਂ ਜਿਹੜਾ ਮਤਲਬ ਸਾਡੇ ਗਡਾਊਨ ਜਿਹੜੇ ਵੇਰੀਫਾਈ ਉਹਨਾਂ ਦੇ ਵਿੱਚ ਪਿਆ ਹੁੰਦਾ ਬਕਾਇਦਾ ਰਿਕਾਰਡ ਦੇ ਵਿੱਚ ਚੜਿਆ ਹੁੰਦਾ ਵੀ ਇੰਨਾ ਬੀ ਆ ਉਹ ਸੀਡ ਸਰਟੀਫਿਕੇਸ਼ਨ ਅਥਾਰਟੀ ਉਹਨੂੰ ਸਰਟੀਫਾਈ ਕਰਦੀ ਆ ਉਹ ਬੀ ਗਿਣਿਆ ਜਾਂਦਾ ਵਾ। ਇਹ ਹਾਂ ਇਹ ਲੀਗਲ ਕਿ ਇਨਲੀਗਲ ਸਰ? ਇਨਾਂ ਦਾ ਇਹ ਇਹ ਇਲੀਗਲ। ਹਾਂਜੀ ਤੇ ਸਰ ਫਿਰ ਕੀ ਕਾਰਵਾਈ ਕੀਤੀ ਜਾਏ? ਸਾਡੇ ਰਿਕਾਰਡ ਦੇ ਮੁਤਾਬਕ ਇਲੀਗਲ ਹੈ। ਕੀ ਕਾਰਵਾਈ ਕੀਤੀ ਜਾਏਗੀ ਸਰ ਤੁਹਾਡੇ ਡਿਪਾਰਟਮੈਂਟ ਵੱਲੋਂ? ਇਹ ਸਰ ਸਾਡੇ ਇਹ ਸੀਡ ਸਰਟੀਫਿਕੇਸ਼ਨ ਅਥਾਰਟੀ ਵੱਖਰੀ ਆ ਸਾਡੇ ਖੇਤੀਬਾੜੀ ਭਾਗ ਨਾਲ ਕੋਈ ਤਲਕ ਨਹੀਂ। ਕੋਈ ਨਾਮ ਤੁਹਾਡਾ? ਗੁਰਮੀਤ ਸਿੰਘ ਜੀ। ਗੁਰਮੀਤ ਸਿੰਘ ਜੀ ਅੱਜ ਰਾਤ ਸਮੇਂ ਵੱਖ ਵੱਖ ਵਿਭਾਗਾਂ ਨੇ ਇੱਥੇ ਛਾਪਾ ਮਾਰਿਆ ਤੁਹਾਡੀ ਆਹ ਜਿਹੜਾ ਕਣਕ ਦਾ ਸਟਾਕ ਤੁਹਾਡੇ ਘਰੇ ਲੱਗਾ ਕਾਫੀ ਮਾਤਰਾ ਵਿੱਚ ਤੇ ਕੀ ਕਹਿਣਾ ਚਾਹੁੰਦੇ ਆ ਜੀ? ਇਹ ਜੀ ਮੇਰੇ ਕੋਲ ਆਪਣੀ ਮਾਲਕੀ ਜ਼ਮੀਨ 100 ਕਿੱਲਾ ਆ ਜੀ 300-400 ਕਰੀਬ ਕਿੱਲੇ ਦੇ ਮੈਂ ਠੇਕੇ ਲਈ ਆ। ਮੈਨੂੰ ਬੈਸਟ ਸੀਡ ਵਾਲਿਆਂ ਨੇ ਸਾਰਾ ਬੀਜ ਦਿੱਤਾ ਸੀ 500 ਕਿੱਲੇ ਦਾ ਮੈਨੂੰ ਬੀਜ ਦਿੱਤਾ ਸੀ ਉਹਨੂੰ। ਚਲੋ ਮੇਰੀ ਬੀਜੀ 450 ਕਿੱਲਾ ਮੈਂ ਕਰ
ਉਹ ਜਦੋਂ ਸਾਰੀ ਕਣਕ ਮੇਰੀ ਤਿਆਰ ਹੋ ਗਈ ਆ ਮੈਂ ਆਪਣੇ ਘਰ ਵੱਢ ਕੇ ਜਿਹੜੀ ਉਹ ਲਾ ਲਈ। ਇੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਕਹਿ ਰਹੇ ਆ ਕਿ ਇਹ ਕੰਮ ਸਹੀ ਨਹੀਂ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਸਹੀ ਹੈ ਜੀ ਮੇਰਾ ਕੰਮ, ਕੋਈ ਮੁਸ਼ਕਿਲ ਨਹੀਂ ਗੀ। ਦੇਖੋ ਜ਼ਿਮੀਂਦਾਰ ਆ ਮੈਂ, ਆਪਣੀ ਫਸਲ ਮੈਂ ਰੱਖ ਸਕਦਾ, ਜ਼ਿਮੀਂਦਾਰ ਆਪਣੀ ਫਸਲ ਨੂੰ ਤਾਂ ਕੋਈ ਮੁਸ਼ਕਿਲ ਨਹੀਂ ਗੀ। ਹਾਂਜੀ ਤੇ ਸਰ ਤੁਹਾਡੇ ਵੱਲੋਂ ਕੋਈ ਡਾਕੂਮੈਂਟਸ ਉਹਨਾਂ ਨੂੰ ਪ੍ਰੋਵਾਈਡ ਕਰਵਾਏ ਗਏ ਨੇ ਮਹਿਕਮੇ ਨੂੰ? ਮੇਰੇ ਕੋਲ ਉਹਨਾਂ ਕਿਹਾ ਵੀ ਮੈਨੂੰ ਆਪਣੀ ਜ਼ਿਮੀਂਦਾਰ ਕਾਰਡ ਦੇ ਦਿਓ, ਮੈਂ ਕਿਹਾ ਲੈ ਲਓ।